ਸਿਰਾ ਚੱਲ ਰਿਹਾ ਲੱਖਾ ਪਿਓਰੀ ਉਹ ਫਿਰਦਾ ਲੀਲੀ ਸ਼ਰਟ ਪਵਨ ਹਰੀਪੁਰ ਆ ਜਿਹੜਾ ਬੋਲ ਕਰ ਰਿਹਾ
ਭਾਈ ਜਲਦੀ ਨਾਲ ਲਓ ਲਾਸਟ ਬਾਲ ਪਹਿਲੇ ਓਵਰ ਦੀ ਮੇਰੀ ਵੀਡੀਓ ਸਾਹਮਣੇ ਆਇਆ ਭਾਈ ਪੇੜਾ ਤੇ ਹਰੀਪੁਰੀ ਪਵਨ ਦੀ ਬਾਲ ਹੈ ਲਓ ਸਪਰੇ ਦੀ ਬਾਲ ਹਲੇ ਹਰੀਪੁਰੀ ਹੈ ਇੱਕ ਓਵਰ ਚਾਰ ਰਨ ਦੇ ਇੱਕ ਖਿਡਾਰੀ ਆਉਂਦਾ ਤਾੜੀ ਬਾਲ ਜੋੜ ਦੇ ਪੰਜ ਅਵੇ ਪੰਜ ਪੰਜ ਰਨ ਦੀ ਖਿਡਾਰੀ ਆਉਂਦਾ ਹੈ ਬਾਕੀ ਪਵਨ ਹਰੀਪੁਰੀ ਨੇ ਆਪਣਾ ਕੰਮ ਕਰ ਦਿੱਤਾ ਹੈ ਇਹ ਅੱਗੇ ਦੇ ਗੰਗਾ ਨਗਰ ਏਰੀਏ ਦਾ ਹਰੀਪੁਰੀ ਪਵਨ ਤਗੜਾ ਓਵਰ ਪਾ ਗਿਆ ਮੇਰੇ ਵੀਰੋ ਵਧੀਆ ਵਧੀਆ ਅੰਜੂ ਡਾਰਲਿੰਗ ਕਿਉਂ ਹੈਪੀ ਵੇਰੀ ਗੁੱਡ ਚਾਹੀਦਾ ਨਹੀਂ ਉਹ ਬਲੋਈ ਮਾਰਦਾ ਠੰਡ ਲੱਗਦੀ ਕਹਿੰਦਾ ਯਾਰ ਲੋਈ ਇਹ ਕੰਬਲ ਦੇਖੇ ਪਾਣੀ ਆ ਪਾਣੀ ਹੈਪੀ ਰੋਟੀ ਆਣੀ ਆ ਪਤਾ ਨਹੀਂ ਖਾਂਦੀ ਆ ਨਾ ਵਧੀਆ ਤਗੜਾ ਹੋ ਗਿਆ ਦਿਮਾਗ ਨਾ ਬਾਲ ਪਾਈ ਪੰਜ ਸੰਦੀਪ ਸੰਨਾਲੀ ਵੇਰੇ ਲਾਲੀ ਲਾਲੀ ਕਣਕ ਵਾਲੀ ਦੂਜੀ ਓਵਰ ਦੀ ਸ਼ੁਰੂਆਤ ਖੇਡ ਦੇ ਮੈਦਾਨ ਵਿੱਚ ਜਾ ਰਹੀ ਹੈ ਕੀ ਸਿਸਟਮ ਕੋਠੇ ਬੁੱਲੇ ਵਾਲਾ ਹੈ ਕੋਠੇ ਬੁੱਲੇ ਵਾਲਾ ਹੈ ਕੋਠੇ ਬੁੱਲੇ ਵਾਲਾ ਹੈ ਇੱਕ ਲਾਲੀ ਕੰਮ ਵਾਲੀ ਦਾ ਹੈ ਇੱਕ ਫਰਾਣੇ ਵਾਲਾ ਹੈ ਇੱਕ ਆਹ ਮੇਰੇ ਵੀਰੇ ਵਾਲਾ ਮਾਰੇ ਕਣਕ ਵਾਲੀ ਆ ਛੱਕਾ ਕਹਿੰਦੇ ਅਰਸ਼ੂ ਨੇ ਮਾਰ ਦਿੱਤਾ ਹੈ ਛੱਕਾ ਕਹਿੰਦੇ ਮਾਰ ਦਿੱਤਾ ਮੇਰੀ ਵੀਰੇ ਲੋਟਗਾੜੀ ਦਾ ਮੁਕਾਬਲਾ ਮੇਰੀ ਵੀਰੇ ਖੇਡੇ ਗਰਾਊਂਡ ਵਿੱਚ ਕਹਿੰਦੇ ਪਹਿਲੀ ਬਾਲ ਪਹਿਲਾ ਛੱਕਾ ਹੈ ਜਿਹਨੇ ਤਿੰਨ ਛੱਕੇ ਮਾਰਨਗੇ ਭਾਈ ਪਹਿਲੇ ਖਿਡਾਰੀ ਉਹਨੇ ਪੰਜ ਪੰਜ ਸੌ ਨੋਟ ਭਾਈ ਬੈਂਕ ਵਾਲੇ ਦਿੱਤੇ ਜਾਣਗੇ ਪੰਜ ਪੰਜ ਸੌ ਦੇ ਨੋਟ ਰਿੰਦ ਕਹਿੰਦਾ ਵੱਡੀ ਮਾਰ ਕਰਦੇ ਹੈ ਉਸ ਵੇਖਾਂਗੇ ਕਣਕ ਵਾਲੀਆ ਪਹਿਲੇ ਚ ਪੰਜ ਹੀ ਦਿੱਤੇ ਹੈ ਹੁਣ ਛੋਟੀ ਵਾਰੀ ਹੈ ਵੀ ਰਨ ਖਾਣੇ ਆ ਜਾਂ ਨਹੀਂ ਇਹ ਗੱਲ ਛੋਟੇ ਦਿਨ ਟੁਕੜੀ ਹੈ ਇਹ ਗਹਿਰਾਂ ਦੇ ਭਾਈ ਸ਼ੇਰਾਂ ਦੀ ਧੁੱਕੀ ਕੱਢ ਦੋ ਆਪਣੀ ਵਿਟੋਲੀਆਂ ਚ ਜਾਣ ਚਾਹੀਦੀ ਗਰਦ ਉਠਾਲ ਦਿਓ ਵੀਰੇ ਗਰਦ ਕਣਕ ਵਾਲ ਪਿੰਡਾ ਸਾਹਮਣੇ ਕੋਠੇ ਬੁੱਲੇ ਵਾਲਾ ਲਓ ਨਾ ਸ਼ੇਰਾ ਹੋਟਲਾਂ ਨੀ ਹੈਗੀ ਇੱਥੇ ਲੁਟਿਆ ਮਾਰਾ ਮੇਰੇ ਵੀਰੇ ਆਸ਼ੂ ਕੋਠੇ ਬੁੱਢੇ ਦਾ ਤਗੜਾ ਖਿਡਾਰੀ ਹੈ ਉਪਲਾ ਦਾ ਮੁੰਡਾ ਬਾਬੇ ਫੁੰਮਣ ਦਾ ਪੋਤਾ ਮੇਰੇ ਵੀਰੇ ਤੇ ਡੈਡੀ ਜੀ ਪੱਕੇ ਤੌਰ ਤੇ ਇਹ ਕੈਨੇਡਾ ਦੇ ਵਸਨੀਕ ਹੈ ਕੈਨੇਡਾ ਦੇ ਵਸਨੀਕ ਹੈ ਮੇਰੇ ਵੀਰੇ ਇਹ ਕਹਿੰਦੇ ਐਨ ਚੋਟੀ ਦਾ ਖਿਡਾਰੀ ਕੋਠੇ ਬੁੱਲੇ ਵਾਲਾ ਲਾਲੀ ਜੇ ਇਹਦਾ ਬੰਦਾ ਵਰਤਾ ਨਾ ਵੀਡੀਓ ਕੱਟ ਕੇ ਪੈ ਜਾਣੀ ਹੈ ਵੀਡੀਓ ਕੱਟ ਕੇ ਪੈ ਜਾਣੀ ਬਾਲਾ ਦੇ ਬਾਲਾ ਚਿੱਟੀ ਰੱਖਦਾ ਸਗਾਲਾ ਢੇਪੀ ਆ ਕੋਨੇ ਕੋਨੇ ਦਾ ਵਿਕਾਸ ਕੁਝ ਕੱਢਦਾ ਚਿੱਪ ਮਿੱਤਰੋ ਆਸ਼ੂਆ ਕੋਠੇ ਬੋਲੇ ਦਾ ਕਾਸ ਕੁਝ ਕੱਢਦਾ ਚਿੱਪ ਮਿੱਤਰੋ ਆਸ਼ੂਆ ਕੋਠੇ ਬੋਲੇ ਦਾ ਉਹ ਬਾਈ ਕਮੇਟੀ ਨੂੰ ਪਤਾ ਵੱਜਣੀ ਨੀ ਦਿੱਤੀ ਬਾਈ ਬਰਾਤ ਵਿੱਚ ਕਹਿੰਦੇ ਛੱਕਾ ਦੂਜਾ ਵੱਜ ਗਿਆ ਮੇਰੀ ਵੀਰੇ ਇੱਕ ਚੌਕਾ ਦੋ ਛੱਕੇ ਹੈ ਸੋਲਾਂ ਦੇ ਪੰਜ ਕਹਿੰਦੇ ਇੱਕੀ ਰਨ ਹੋ ਚੁੱਕੇ ਹੈ ਐਨ ਤਗੜਾ ਮੈਚ ਹੈ ਭਾਈ ਪਹਿਲੇ ਕਣਕ ਵਾਲ ਦਾ ਸਾਹਮਣੇ ਅਰਸ਼ਦੀਪ ਉਪਰਾਂ ਦਾ ਮੁੰਡਾ ਦੇ ਬਾਲ ਬੱਲੇ 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 ਛੱਡਦਾ ਮੇਰੇ ਵੀਰੇ ਛੱਡਦਾ ਮੇਰੇ ਵੀਰੇ ਛੱਡਦਾ ਮੇਰੇ ਵੀਰੇ ਹੁਣ ਲਾਲੀ ਵਿਚਾਰਾ ਕੀ ਕਰੇ ਬਾਕੀ ਗੱਲ ਲੋਕਾਂ ਨੂੰ ਪਤਾ ਹੀ ਹੈ ਬਾਕੀ ਗੱਲ ਲੋਕਾਂ ਨੂੰ ਪਤਾ ਹੀ ਹੈ ਮੇਰੇ ਵੀਰੇ ਕੈਚ ਛੱਡਿਆ ਕੋਠੇ ਪੁੱਲੇ ਠੀਕ ਹੈ ਕਰ ਦੇਣਾ ਸ਼ੇਰਾ ਅਪਲੋਡ ਸਾਹਮਣੇ ਕੱਟਾ ਕੇ ਚੀਤਾ ਮੇਰੇ ਵੀਰੇ ਕਲਾਸ ਤੋਂ ਕ੍ਰਿਕਟ ਦਾ ਚਾਰ ਪੰਜ ਐਲਈਡੀ ਆ ਅੱਠ ਨੌ ਮਸ਼ੀਨਾਂ ਦਾ ਇੱਕ ਮੋਟਰਸਾਈਕਲ ਦਾ ਇੱਕ ਚੇਤਕ ਦਾ ਜੇਤੂ ਮੇਰੇ ਵੀਰੇ ਸਾਹਮਣਾ ਕਰਦਾ ਹੈ ਰਜੀਤ ਕੁਮਾਰ ਦੇ ਘਰ ਦੀ ਸੰਤਾਨ ਸੁਰਿੰਦਰ ਕੁਮਾਰ ਕਾ ਭਾਈ ਰੁਪਏ ਵਾਲਾ ਲਓ ਲਾਲੀ ਦੀ ਬਾਲ ਹੈ ਚੀਤਾ ਮੇਰੇ ਵੀਰੇ ਲਓ ਸੋਹਣੀ ਬਾਲ ਤੇ ਹਲਕਾ ਜਿਹਾ ਕੱਟ ਕਰ ਲੈਣਾ ਰਨ ਜੋੜ ਕੇ ਚਾਰ ਰਨ ਕਹਿੰਦੇ ਚਾਰ ਜੋੜ ਦਿੱਤੇ ਹੈ ਆਪਣੀ ਟੀਮ ਦੇ ਲਈ ਰਨ ਕਹਿੰਦੇ ਚਾਰ ਕਾਲਾ ਭਾਈ ਰੁਪਏ ਵਾਲਾ ਜੋੜ ਕੇ ਮੇਰੇ ਵੀਰੇ ਅਗਲੀ ਬਾਲ ਫਿਰ ਕਣਕ ਵਾਲ ਪਿੰਡ ਦਾ ਲਾਲੀ ਹੈ ਤੇ ਸਾਹਮਣੇ ਤੱਕਾਂਗੇ ਕਾਲਾ ਕਹਿੰਦੇ ਭਾਈ ਰੁਪਏ ਦਾ ਲਵਲੀ ਬਾਲ ਮੇਰੇ ਵੀਰੇ ਲਾਲੀ ਕਹਿੰਦੇ ਕਣਕ ਵਾਲੀਆ ਸਾਹਮਣੇ ਕਾਲਾ ਭਾਈ ਰੁਪਏ ਵਾਲਾ ਹੈ
ਲੋਕੀ ਜੀ ਰਨ ਬਿਆਲੀ ਹੋ ਗਏ ਨੇ
ਸੰਦੀਪ ਆ ਕੇ ਨੇ ਕਣਕ ਮਾਰੀ ਹੈ ਹਰਾ ਮੇਰੇ ਟੂਰਨਾਮੈਂਟ ਦਾ ਕਹਿੰਦੇ ਦੇਖੀ ਮਗਰ ਜੇ ਤੂੰ ਪੇਰਾ ਮੇਰੇ ਵੀਰੇ ਇਹ ਸੰਦੀਪ ਕਹਿੰਦੇ ਕਣਕ ਮਾਰ ਦਿੰਦਾ ਵੀ ਸੋਲਾਂ ਤੇ ਸੁਨੱਖਾ ਮੁੰਡਾ ਅੱਜ ਦੀ ਤਰੀਕ ਨਾਮ ਕਾਸਪੁਰ ਵੱਡਾ ਯਾਰ ਸੰਦੀਪ ਦਾ ਵੀ ਛੇਤੀ ਨਹੀਂ ਉਹ ਜਾਂਦਾ ਕਿਸੇ ਕੋਲੋਂ ਫੜਿਆ ਐਵੇਂ ਸੰਦੀਪ ਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ ਤੇ ਹਜੜਿਆ ਇਹ ਕਹਿੰਦੇ ਸੰਦੀਪ ਕਣਕ ਵਾਲੇ ਪਿੰਡ ਦਾ ਫਿਰ ਬਰਾਂਡ ਵਿੱਚ ਫੁੱਲੋ ਖਾਰੇ ਲਾ ਕੇ ਪੈਂਦਾ ਹੈ ਰਾਮੇ ਮੰਡੀ ਦਾ ਏਰੀਆ ਲੋ ਬਰਾਂਡ ਵਿੱਚ ਪਹਿਲੀ ਵਾਰ ਸਾਹਮਣੇ ਲੋ ਕੋਠੇ ਬੁੱਲੇ ਵਾਲਾ ਦਿਮਾਗ ਨਾਲ ਬੋਲ ਕਰ ਬਾਈ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ
ਜਿਨ੍ਹਾਂ ਦੇ ਵੱਡੇ ਜੋਗਦਾਰ ਲਾਈਵ ਦੇਖੀ ਜਾਂਦੇ ਸਾਡੇ ਵੀਰ ਸਾਰੇ ਭਰਾਵਾਂ ਨੂੰ ਅਮਰਵਾਲ ਸਿੱਧੂ ਗੁਰਲੀਤ ਬਾਲ ਆਸਟ੍ਰੇਲੀਆ ਸੇਵਾ ਸਿੱਧੂ ਕੁਰੈਦ ਟੇਸੂ ਸਿੱਧੂ ਪੁੱਗ ਵਾਲੀ ਲਾਈਵ ਦੇਖ ਰਹੇ ਨੇ ਸਾਡੇ ਭਰਾ ਵੱਡਾ ਧੰਨਵਾਦ ਜੀ ਉਧਰ ਸ਼ੰਕੂ ਗਵਰਨਮੈਂਟ ਵਾਲਾ ਆ ਗਿਆ ਅੱਜ ਦਰਸ਼ਨ ਹੋ ਗਏ ਹੈ ਸਾਡੇ ਯਾਰ ਵੱਡਾ ਧੰਨਵਾਦ ਹੈ ਕਿਹਦੇ ਪੁੱਛੋ ਵਾਲਾ ਥੋੜੀ ਜਿਹਾ ਜਵਾਨੀ ਹੈ ਲਓ ਬੱਲੇ 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 ਹਲੇ ਉਹ ਨੌਜਵਾਨ ਹੈ ਕਾਲਾ ਕਾਲਾ ਬਾਲਰ ਵੀ ਕਾਲਾ ਹੈ ਉਧਰ ਸ਼ੰਕੂ ਪੁੱਜਿਆ ਸਾਡਾ ਭਰਾ ਜਿਹਨਾਂ ਵੱਲੋਂ ਟੀ ਸ਼ਰਟ ਸਪੋਂਸਰ ਲਈ ਸਾਰੀ ਟੂਰਨਾਮੈਂਟ ਕਮੇਟੀ ਨੂੰ ਟੀ ਸ਼ਰਟ ਸਪੋਂਸਰ ਕੀਤੀ ਸਾਡੇ ਭਰਾ ਨੇ ਗਵਰਨਮੈਂਟ ਪੁੱਛੋ ਵਾਲਾ ਕੌਣ ਨੀ ਜਾਣਦਾ ਕਹਿੰਦੇ ਪੰਜਾਬ ਦੇ ਜਿੰਨੇ ਵੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਸਾਰੇ ਬਾਈ ਤੋਂ ਕੱਪੜੇ ਲੈਂਦੇ ਹੈ ਕਹਿੰਦੇ ਭਾਈ ਰੁਪੇਰਾ ਦੇ ਰਨ 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 ਕਹਿੰਦੇ ਸਿੰਗਲ ਹੈ ਖੜ ਜਾ ਗਾਣਿਆ ਉਧਰ ਬਠਿੰਡੇ ਵਾਲਿਆਂ ਦਾ ਵੀ ਧੰਨਵਾਦ ਪਿਛੜਾ ਬਹੁਤ ਤਗੜਾ ਖੇਡੇ ਨੌਜਵਾਨ ਅੱਜ ਫੜ ਕੇ ਚਲੇ ਜੰਦ ਰਹੇ ਹੈ ਐਨ ਬੱਲੇ ਬੱਲੇ ਕਰਵਾ ਗਏ ਲਓ ਜੀ ਰਨ ਕਹਿੰਦੇ ਖਾ ਗਏ ਅਠਾਰ ਛੇ ਚੁਹੱਤਰ ਤੇ ਪਿਛੱਤਰ ਹੋ ਗਏ ਚਾਰ ਵਾਲਾ ਰੰਗ ਹੈ ਜੀ ਕਿਸਮਤ ਬਹੁਤ ਚੰਗੀ ਹੈ ਕੋਠੇ ਬੁੱਲੇ ਵਾਲੇ ਦੀ ਬਹੁਤ ਚੰਗੀ ਕਿਸਮਤ ਹੈ ਦੋ ਤਿੰਨ ਵਾਰੀ ਆਊਟ ਹੋ ਵਜੇ ਦੋ ਤਿੰਨ ਵਾਰੀ ਆਊਟ ਹੋਣ ਵਜੇ ਮੇਰੇ ਕਹਿੰਦੇ ਬੱਲੇ 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 ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਕਹਿੰਦੇ ਕੋਠੇ ਬੁੱਲੇ ਵਾਲਾ ਬਠਿੰਡੇ ਵਾਲੇ ਹੋ ਜਾਓ ਗਾ ਹਲੇ ਵੀ ਗਾ ਹੋ ਜਾਓ ਸਾਨੂੰ ਗਵਰਨਮੈਂਟ ਵਾਲੇ ਦਾ ਵੀ ਧੰਨਵਾਦ ਸਾਡੇ ਭਾਈ ਦਾ ਉਹਦੇ ਕਿਤੇ ਗੁੱਜੇ ਨਾਲੇ ਚੰਗ ਵਾਲੀ ਰਕਮ ਤੋਂ ਬੈਠਾ ਹੈ ਦੋ ਗੰਗੂ ਬੈਠੇ ਨੇ ਸਟੇਜ ਦੇ ਉੱਪਰ ਜਿੰਨੇ ਵੀ ਰੱਬ ਰੂਪੀ ਸੰਗਤਾਂ ਨੇ ਸਾਰਿਆਂ ਦਾ ਧੰਨਵਾਦ ਹੈ ਲੋ ਖੇਡ ਮੈਦਾਨ ਦੇ ਵਿੱਚ ਕਾਲੇ ਵੀ ਵਾਲ ਹੈ ਕੋਠੇ ਬੁੱਲੇ ਵਾਲਿਆ ਰਨ 83 ਹੋਏ ਹੈ ਕੋਈ ਬਾਹਲੇ ਨੀ ਇੱਥੇ 100 ਤੇਜ਼ ਹੋ ਜਾਂਦਾ ਇੱਥੇ 100 ਤੇਜ਼ ਹੋ ਜਾਂਦਾ ਮੇਰੇ ਵੀਰੇ ਲੋ ਦੂਜਾ 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 ਛੱਕਾ ਦੂਜਾ ਛੱਕਾ ਦੂਜਾ ਛੱਕਾ ਹਰਮਨ ਧੂਰੀ ਵਾਲੀ ਉਹ 500 ਹੈ 500 ਧੂਰੀ ਵਾਲੇ ਭੁੱਲਰ ਵਾਲੀ 500 ਦਿੱਤਾ ਜਾਣਾ ਹੈ ਧੂਰੀ ਵਾਲੇ ਭੁੱਲਰ ਵਾਲੀ ਬੜੀ ਵੀਰੇ ਮੈਂ ਕਹਿੰਦਾ ਆਪਣਾ ਪਾਸੇ ਹੋ ਜਾ ਇੱਕ ਵਾਰ ਬਾਕੀ ਹੈ ਉਹਦੇ ਨਾਲ ਹੀ ਪ੍ਰੈਸ ਟੇਲਰ ਸਾਡਾ ਯਾਰ ਪੁੱਛੋ ਵਾਲਾ ਪੁੱਛਿਆ ਹੈ ਰੱਬੂ ਦੇ ਨਾਲ 1200 ਦਾ ਛੱਡਾ 1200 ਦਾ ਉਹ ਬੱਲੇ 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 ਕੈਚ ਹੋ ਗਿਆ ਮੇਰੇ ਵੀਰ 200 ਰੁਪਇਆ ਬੋਲਰ ਦਾ 200 ਰੁਪਇਆ ਕਾਲੇ 13 ਨੌਜਵਾਨ ਦਾ ਜ਼ਰੂਰ ਲੈਣਾ ਹੈ ਰਨ 99 ਬਣੇ 90 ਬਣਾਉਣੇ ਹੈ 99 ਸਕੋਰ 90 ਦਾ ਟਾਰਗੇਟ ਹੈ ਮੇਰੇ ਘਰ ਦਵਾ ਲਓ 90 ਰਨ ਦਾ ਟਾਰਗੇਟ ਦਿੱਤਾ ਹੈ ਭਾਈ ਨੂੰ ਮੇਰੇ ਨਹੀਂ ਉਡੇ ਗਰਗਵਾਲ ਦੀ ਟੀਮ ਜੇ ਕੋਈ ਪਲੇਅਰ ਦਿਲ ਛੱਕੇ ਮਾਰਦਾ ਤਾਂ ਵੀ 500 ਵੀਰੇ ਜਿਹੜਾ ਵੀ ਖਿਡਾਰੀ ਦਿਲ ਛੱਕੇ ਮਾਰੂ ਗਰਗਵਾਲ ਦੀ ਟੀਮ ਦਾ 500 ਦੇ ਵੱਡੇ ਮਾਣ ਹੋ ਗਏ ਜਿਹਨੇ ਦਿਲ ਛੱਕੇ ਹੋ ਗਏ ਉਹਨੇ 500 ਦੇ ਨੋਟ ਹੋ ਗਏ ਜਲਦੀ ਵੀਰੇ 2.5 ਰੁਪਏ ਵਾਲੇ ਨਾਲ ਖੇਡ ਕੇ 2.5 ਰੁਪਏ ਦੀ ਟੀਮ ਜਲਦੀ ਫਿਰ ਲਾ ਦੇਗੀ ਉਧਰ ਰਾਜੂ ਬੱਲੇ ਗਾਈਆਂ ਦਾ 5 ਲੀਟਰ ਦੁੱਧ ਚੱਲੇਗਾ ਠੀਕ ਪਲੇਅਰ ਛੇ ਛੱਕੇ ਮਾਰਦਾ 5 ਲੀਟਰ ਦੁੱਧ ਐਚਐਫ ਅਮਰੀਕਨ ਦਾ ਕੈਨੇਡਾ ਅਮਰੀਕ ਮਾਨ ਕੈਨੇਡਾ ਗੁਰਲਾਲ ਨਿਊਜ਼ੀਲੈਂਡ ਬਲਕਾਰ ਨਿਊਜ਼ੀਲੈਂਡ ਗੱਡੀ ਭੁੱਲ ਕੈਨੇਡਾ ਰਾਜੂ ਕੈਨੇਡਾ ਵਰਜੀਤ ਆਸਟ੍ਰੇਲੀਆ ਹਰਪ੍ਰੀਤ ਨਿਊਜ਼ੀਲੈਂਡ ਅਨਮੋਲ ਕੈਨੇਡਾ ਸੇਵਾ ਸਿੱਧੂ ਗੁਆ ਹਾਂਜੀ ਵੀਰੇ ਆ ਗਏ ਬੇਅੰਤ ਸਾਡਾ ਵੀਰ ਵੱਡੇ ਮਾਨ ਕਰਦਾ ਬਾਲਾਂ ਗਰਾਊਂਡ ਦੇ ਵਿੱਚ ਪਹੁੰਚੇ ਕਰਦੇ ਸਾਡੀ ਬੇਨਤੀ ਹੈ
ਆਰਾਮ ਨਾਲ ਛੱਕਾ ਵੱਜਦਾ ਆਖਰੀ ਜਲਦੀ ਨਾਲ ਮੈਂ ਤਾਂ ਸ਼ੁਰੂ ਕਰਦਾ ਸਾਡੀ ਪ੍ਰੇਮ ਦੀਆਂ ਤਕੜੇ ਮੈਂ ਸ਼ਰਾਰਤ ਫੀਡ ਦੇ ਨਾਮ ਦੇ ਵਿੱਚ ਉੱਠ ਜਾ ਰਹੀ ਹੈ ਆ ਜਾ ਇੱਧਰ ਥੱਲੇ ਨੱਬੇ ਰਨ ਬਣਾ ਰਹੇ ਹਾਂ ਮੈਂ ਚੇਤਨ ਦੀ ਟੀਮ ਆਪਾਂ ਦੇਖਦੇ ਵੀ ਇਸ ਵੇਲੇ ਕਣਕ ਲਾਲ ਨੇ ਨੱਬੇ ਰਨ ਕਰਦੇ ਮੁਕਾਬਲਾ ਚੇਤਨ ਦੇ ਲਈ ਮੈਚ ਕਹਿੰਦੇ ਤਕੜਾ ਹੀ ਮੇਰੇ ਬੱਚੇ ਬੁੱਢੇ ਟੀਮਾਂ ਦਾ ਖੇਡ ਦੇ ਮੈਦਾਨ ਦੇ ਵਿੱਚ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਇਸ ਵੇਲੇ ਗਰਾਊਂਡ ਦੇ ਉੱਪਰ ਭਾਈ ਤੇਰਾ ਕੋਈ ਵੀ ਖਿਡਾਰੀ ਹੈਟ੍ਰਿਕ ਲਾਉਂਦਾ ਤਾਂ 1400 ਦੇ ਪੱਟੇ ਨਾਲ ਬੈਂਕ ਸਾਡਾ ਵੀਰ ਕਹਿੰਦਾ ਆਪਾਂ ਕਰਾਂਗੇ 1400 ਦੇ ਪੱਟੇ ਨਾਲ ਇੱਧਰ ਦੇਖ ਜੇ ਪਵਨ ਸਾਡਾ ਵੀਰ ਹਰੀ ਪੀਲੇ ਛੱਕੇ ਮਾਰਦਾ ਪੈਨ ਲਗਾਤਾਰ ਤਾਂ ਪਵਨ ਤਾਂ ਕਹਿੰਦੇ ਵੀ ਤੈਂ 500 ਦੇ ਪੱਟੇ ਨਾਲ ਕਰਦੇ ਹੈ ਲੋਕਾਂ ਨੇ ਕਹਿੰਦੇ ਪ੍ਰਸਾਦ ਹੀ ਹੈ ਮੇਰੇ ਬੱਚੇ ਅੱਜ ਪੌਂਗ ਵਾਲੀ ਪਿੰਡ ਦੇ ਵਿੱਚ ਤੇ ਮੈਚ ਮੈਂ ਸ਼ੁਰੂ ਕਰਵਾ ਦਈਏ ਜਲਦੀ ਦੇ ਨਾਲ ਔਰ ਰਾਜਸਥਾਨ ਦਾ ਖਿਡਾਰੀ ਹੈ ਮੇਰੇ ਬੱਚੇ ਗੰਗਾਨਗਰ ਦਾ ਏਰੀਆ ਪੈ ਜਾਂਦਾ ਖਿਡਾਰੀ ਦਾ ਹੋਰ ਕਹਿੰਦੇ ਪਵਨ ਮੇਰੇ ਬੱਚੇ ਹਰੀਪੁਰੇ ਪਿੰਡ ਦਾ ਜਿਹੜਾ ਕਹਿੰਦੇ ਸਾਹਮਣੇ ਆ ਗਿਆ ਤੇ ਬਾਲ ਕੌਣ ਮਾਰੇਗਾ ਜਿਹੜਾ ਬੰਦਾ ਭਾਜੀ ਪੰਜਾਬ ਦੇ ਕੱਪਾਂ ਦੇ ਸਭ ਤੋਂ ਵੱਧ ਤੇਜ਼ਵਾਰ ਸੁੱਟਣ ਵਾਲਾ ਖਿਡਾਰੀ ਹੈ ਉਹ ਕਹਿੰਦੇ ਆਸ਼ੂ ਮੇਰੇ ਬੱਚੇ ਕੋਠੇ ਪੋਦੇ ਦੀ ਧਰਤੀ ਦਾ ਜਗਰਾਨਾ ਦੇ ਏਰੀਏ ਦਾ ਮੁੰਡਾ ਕਹਿੰਦੇ ਲੁਧਿਆਣੇ ਵਾਲਾ ਵੀ ਤਾਂ ਬਲਜੀਤ ਨੇ ਗੱਲ ਕੀਤੀ ਜੇ ਮੁੰਡਾ ਪਰ ਰੋਡ ਉੱਤੇ ਪੈਨ ਟੱਕ ਨੇ ਕੀਲਾ ਵਿੱਚ ਲੈ ਲਈ ਮਨਚਾਰੇ ਟੱਕ ਨੇ ਸਾਹਮਣੇ ਮੁੰਡਾ ਕਹਿੰਦੇ ਰਾਜਸਥਾਨ ਦੇ ਖੇਡਦਾ ਸਾਹਮਣੇ ਮੈਚ ਐਨ ਤਕੜਾ ਜੇ ਪਹਿਲੀ ਵਾਰ ਤੇ ਛੱਕਾ 500 ਪਾਰ ਕਰ ਲਿਓ ਜੇ ਪਹਿਲੀ ਤੇ ਦੇਖੋ ਸਪੀਡ ਦੁਨੀਆ ਕਹਿੰਦੇ ਦਬਾਨੀ ਹੈ ਆਹ ਮੁੰਡੇ ਦੀ ਸਪੀਡ ਦੀ ਦੁਨੀਆ ਕਹਿੰਦੇ ਦਬਾਨੀ ਹੈ ਰਣ ਕਹਿੰਦੇ ਇੱਕ ਜਿਹੜਾ ਹੋ ਚੁੱਕਿਆ ਸਾਹਮਣੇ ਪਿਆਰੀ ਵਾਲਾ ਲੱਖਾ ਆ ਗਿਆ ਮੇਰੇ ਮਿੱਤਰੋ ਪਿਆਰੀ ਵਾਲਾ ਕਹਿੰਦੇ ਲੱਖਾ ਆ ਗਿਆ ਉਹਦੀ ਬੜੀ ਚੜਾਈ ਹੈ ਉਹਦੀ ਬੜੀ ਚੜ੍ਹਤ ਹੈ ਬੜੀ ਦੁਨੀਆ ਦਬਾਨੀ ਹੈ ਮੇਰੇ ਮਿੱਤਰੋ ਆਹ ਖਿਡਾਰੀ ਦੇ ਛੱਕਿਆਂ ਦੀ ਸਾਹਮਣੇ ਪਿਆਰੀ ਪਿੰਡ ਦਾ ਕਹਿੰਦੇ ਲੱਖਾ ਆ ਗਿਆ ਤੇ ਬਾਲ ਆਸ਼ੂ ਕਹਿੰਦੇ ਕੋਠੇ ਪੁੰਨੇ ਦੀ ਧਰਤੀ ਦਾ ਕੌਣ ਦੇ ਵਿੱਚ ਵਾਧਾ ਹੋਇਆ ਕੋਠੇ ਪੁੰਨੇ ਵਾਲਾ ਕੋਠੇ ਪੁੰਨੇ ਵਾਲਾ ਕੋਠੇ ਪੁੰਨੇ ਵਾਲਾ ਆਸ਼ੂ ਮੇਰੇ ਬੱਚੇ ਕਹਿੰਦੇ ਕਹਿੰਦੇ ਪਿਛਲੇ ਸਾਲ ਕਹਿੰਦੇ ਬੰਦੇ ਨੇ ਐਨ ਜਿੱਦਾਂ ਮੋਟਰਸਾਈਕਲ ਜੀ ਨੇ ਸ਼ੋਧ ਪ੍ਰਤੀ ਧਰਤੀ ਤੇ ਪੰਪੀਨੇ ਦਾ ਜਿੰਦੂ ਬਣਿਆ ਪਿਛਲੇ ਟੂਰਨਾਮੈਂਟ 31 ਦਸੰਬਰ ਵਾਲੇ ਦਿਨ ਮੁੰਡਾ ਕਹਿੰਦੇ ਰੰਡੀ ਜੀਪੀ ਲੱਗਿਆ ਜਿਹਨੇ ਸ਼ੋਧ ਪ੍ਰਤੀ ਧਰਤੀ ਤੋਂ ਇਹ ਕਹਿੰਦੇ ਕੋਠੇ ਪੁੰਨੇ ਵਾਲਾ ਆਸ਼ੂ ਮੇਰੇ ਬੱਚੇ ਅਗਲੀ ਬਾਲ ਕੌਰੂ ਪਿਆਰੀ ਦੇ ਵਿੱਚ ਹੈ ਸਾਹਮਣੇ ਕਹਿੰਦੇ ਪਿਆਰੀ ਵਾਲਾ ਲੱਖਾ ਦੁਨੀਆ ਦਾ ਕਹਿੰਦੇ ਕਹਾਣੀ ਵਰਗ ਕਹਿੰਦੇ ਮੁੰਡਾ ਵਾਧਾ ਹੋਇਆ ਇੱਕ ਪਾਸੇ ਪਿਆਰੀ ਵਾਲਾ ਦੂਜੇ ਪਾਸੇ ਗੁਰਪ੍ਰੀਤ ਕਿੱਥੇ ਹੋ ਤੁਸੀਂ ਸਾਹਮਣੇ ਕੋਠੇ ਪੁੰਨੇ ਵਾਲਾ ਬਾਲ ਪਾਉਣ ਦੇ ਲਈ ਵਾਧਾ ਹੋਇਆ ਹੈ ਸਾਹਮਣੇ ਪਿਆਰੀ ਵਾਲਾ ਲੱਖਾ ਉਹ ਸਪੀਡ ਸਪੀਡ ਕੋਠੇ ਪੁੰਨੇ ਵਾਲਾ ਹੋਇਆ ਉਹ ਕੋਠੇ
ਕੁੰਨੇ ਵਾਲਿਆ ਨਾ ਹੋਏ ਆਸ਼ੂ ਉਹ ਪਿਆਰੀ ਵਾਲਿਆ ਹੜਕਾਂ ਪਿਆਰੀ ਹੋ ਬਤਣਾ ਹੁਣ ਨਾ ਬੜੀ ਦੂਰ ਤੋਂ ਆਇਆ ਵੀ ਭਾਜੀ ਅੱਜ ਨਾ ਕੁੱਝ ਕਰਕੇ ਜਾਵਾਂਗੇ ਅੱਜ ਤਾਂ ਕੁੱਝ ਨਾ ਕੁੱਝ ਕਰਕੇ ਜਾਵਾਂਗੇ ਪਿਆਰੀ ਵਾਲਿਆ ਪਿਆਰੀ ਫਾਇਦਾ ਆ ਰਾਜ ਤੇ ਸ਼ੱਕਾ ਜੇ ਪਤੇ ਨਾ ਫੇਰ ਕਾਣੀ ਸਿਰੇ ਲੱਗੂ ਤੇ ਆ ਰਾਜ ਤੇ ਸ਼ੱਕਾ ਵਜੇ ਫੇਰ ਕਾਣੀ ਸਿਰੇ ਲੱਗਣੀ ਹੈ ਉੱਥੇ ਪੁੰਨੇ ਵਾਲਾ ਸਾਹਮਣੇ ਪਿਆਰੀ ਵਾਲਾ ਆਸ਼ੂ ਜੀ ਦਾ ਪਿਆਰੀ ਦੁਨੀਆ ਪੈਂਦੀ ਹੈ ਵੀ ਪਿਆਰੀ ਵਾਲਾ ਆਹ ਵਾਲ ਤੇ ਕੁਝ ਨਾ ਕੁਝ ਕਰੂੰ ਜ਼ਰੂਰ ਆਹ ਵਾਲ ਤੇ ਕੁਝ ਨਾ ਕੁਝ ਕਰੂੰ ਜ਼ਰੂਰ ਸਾਰੇ ਕਹਿੰਦੇ ਕੋਠੇ ਪੁੰਨੇ ਵਾਲਾ ਆਸ਼ੂ ਬਾਹਰ ਪਾਉਣ ਲਈ ਪਿਆਰੀ ਦੇ ਵਿੱਚ ਸਾਹਮਣੇ ਪਾਉਣੇ ਬਾਗ ਮੇਰੇ ਬੱਤਰੋ ਕੋਠੇ ਪੁੰਨੇ ਵਾਲਾ ਹੋਰ ਕੋਠੇ ਪੁੰਨੇ ਵਾਲਾ ਪਿਆਰੀ ਵਾਲਾ ਮੇਰੇ ਬੱਤਰੋ ਰਣ ਕਹਿੰਦੇ ਛੇ ਜੋੜੇ ਹੈ ਰਣ ਕਹਿੰਦੇ ਛੇ ਛੋ ਦਿੱਤੇ ਹੈ ਪਿਆਰੀ ਵਾਲੇ ਦੇ ਸ਼ੱਕੇ ਤੇ 200 ਪੈਦਾ ਹੋ ਗਿਆ ਕਮੇਟੀ ਨੇ ਬੱਤਰੋ ਪਿਆਰੀ ਵਾਲੇ ਦੇ ਸ਼ੱਕੇ ਤੇ 200 ਪੈਦਾ ਹੋ ਗਿਆ ਮੇਰੇ ਬੱਤਰੋ ਪਿਆਰੀ ਵਾਲਾ ਕਹਿੰਦੇ ਲੱਖਾਂ ਇਹਨੇ ਵੱਡੇ ਨੇ ਟਕਲਾ ਛੱਕਾ ਵਾਲਿਆ ਗਰਾਊਂਡ ਦੇ ਵਿੱਚ ਪਹਿਲਾ ਵਾਰ ਸਮਾਪਤ ਹੋਇਆ ਤੇ 7 ਸਕੋਰ ਬਣਿਆ ਸੋਹਣੇ ਟੀਮ ਕਣਕ ਵਾਲ ਦੇ 7 ਰਨ ਬਣੇ ਮੇਰੇ ਮਿੱਤਰੋ ਅਗਲੇ ਫੌਜੀ ਸ਼ਰਨਾਬ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਕਹਿੰਦੇ ਬਾਹਰ ਪਾਉਣ ਵਾਲੀ ਬੰਦਾ ਭਾਈ ਪੇਪਰ ਦਾ ਪੱਬੂ ਆ ਗਿਆ ਮੇਰੇ ਮਿੱਤਰੋ ਇਹਦੀ ਵੀ ਬੜੀ ਚੜ੍ਹਤਾ ਬੜੀ ਚੜ੍ਹਾਈ ਹੈ ਉਹ ਰਾਜਸਥਾਨ ਵਾਲਿਆ ਹੋ ਜਾ ਤਕੜਾ ਫੜਨਾ ਤਿਆਰੀ ਖਿੱਚ ਤਿਆਰੀ ਇਹ ਮੁੰਡਾ ਕਹਿੰਦੇ ਉਹ ਸ਼ਹਿਰ ਤੋਂ ਆਇਆ ਜਿਹੜੇ ਸ਼ਹਿਰ ਦੀ ਕਹਿੰਦੇ ਉੱਤਮ ਦੀ ਸਥਾਪਨਾ ਤਾਂ ਕਹੀਏ ਨਾ ਮਹਾਰਾਜ ਗੰਗਾ ਸਿੰਘ ਨੇ ਕੀਤੀ ਹੈ ਮੁੰਡਾ ਕਹਿੰਦੇ ਗੰਗਾ ਨਗਰ ਵਾਲਾ ਮੇਰੇ ਮਿੱਤਰੋ ਰਨ ਕਹਿੰਦੇ 6 ਹੋ ਗਿਆ ਵੀਰੇ ਕਹਿ ਤਾਂ ਦੇਵਾਂ ਕਮੇਟੀ ਬਹੁਤ ਦੂਰ ਬੈਠੀ ਆ ਸਾਧ ਫੋਨ ਕਰ ਦੋ ਭਾਜੀ ਤੁਸੀਂ ਜਿਹਨੇ ਵੀ ਬੁਲਵਾਉਣੇ ਆ ਪੈਸੇ ਸੰਦੀਪ ਆ ਗਿਆ ਮੇਰੇ ਬੱਤਰੋ ਦੀ ਧਰਤੀ ਐਕਸਟਰਾ ਬੱਲੇਬਾਜ ਸਾਡੀ ਬੇਟੀ ਕਣਕ ਵਾਲ ਦੀ ਧੀ ਨੂੰ ਅਗਲਾ ਕਲੇ ਰਾਜ ਲੈਕਟਾਂ ਦੇ ਕੋਲ ਚੱਲਦੇ ਆਈਆਂ ਤੁਹਾਡੇ ਧੀਮਾਂ ਦਾ ਸਾਰੇ ਭਾਈ ਉੱਤੇ ਚੜ੍ਹਦਾ ਕਦੇ ਨੱਬੂ ਹੈ ਮੇਰੇ ਬੱਤਰੋ ਜਿਹਦੀ ਬਾਹਰ ਪਾਉਣੀ ਹੈ ਪਾਣੀ ਵੈਸਣ ਰਾਜੇ ਅਗਲਾ ਕਣਕ ਵਾਲ ਦੀ ਧੀ ਦਾ ਲੈਕਟਾਂ ਦੇ ਕੋਲ ਆ ਸਾਰੇ ਨਾਲ ਹੋਏ ਸੰਦੀਪ ਸੰਦੀਪ ਮੇਰੇ ਬੱਤਰੋ ਇਹ ਮੁੰਡਾ ਸੋਹਣਾ ਤੇ ਸੁਨੱਖਾ ਯਾਰੋ ਅੱਜ ਦੀ ਤਰੀਕ ਦਾ ਨਾਮ ਬੜਾ ਚੱਲੇ ਕਣਕ ਫਾਲ ਪਿੰਡ ਦੇ ਸੰਦੀਪ ਦਾ ਨਾਮ ਬੜਾ ਚੱਲੇ ਕਣਕ ਵਾਲ ਦੇ ਸੰਦੀਪ ਦਾ ਇਹ ਕਹਿੰਦੇ ਸੰਦੀਪ ਮੇਰੇ ਬੱਤਰੋ ਕਣਕ ਵਾਲ ਦੀ ਧਰਤੀ ਦਾ ਜਿਹਨੇ ਕਹਿੰਦੇ ਟਰਾਈ ਕੀਤੀ ਹੈ ਅਗਲੀ ਵਾਰ ਪੈਣ ਜਾ ਰਹੀ ਹੈ ਹਰ ਸਮੇਂ 2.5 ਰੁਪਏ ਵਾਲਾ ਪੰਨੂ ਹੈ ਟਿਕਾਣੇ ਦੀ ਵਾਰ ਪੈ ਗਿਆ ਮੇਰੇ ਬੱਤਰੋ ਸਵੇਰੇ ਦੀ ਗਾਲ ਫਿਰ ਦੇ ਮੈਰਾਮ ਦੇ ਵਿੱਚ ਪਾ ਚੁੱਕੇ ਹੈ ਅਗਲੀ ਵਾਲ ਫੇਰ ਪੈਣ ਜਾ ਰਹੀ ਹੈ ਕਹਿੰਦੇ ਟਰਾਈ ਕਰਦਾ ਤਾਂ ਡੰਡਾ ਹੀ ਪੱਟਿਆ ਗਿਆ ਮੇਰੇ ਮਿੱਤਰੋ ਭਾਈ ਰੁਪਏ ਵਾਲਾ ਕਹਿੰਦੇ ਪੱਬੂ ਹੈ ਜਿਹਨੇ ਕਹਿੰਦੇ ਟੱਕਲੀ ਵਾਲ ਪਾਤੀ ਹੈ ਫਿਰ ਦੇ ਬਦਾਮ ਦੇ ਵਿੱਚ ਨਾਲੀਆਂ ਨਾਲ ਹੋਇਆ ਜੱਸੇ ਨੇ ਕਦੋਂ ਰੱਖਣਾ ਰੂੜਨਾ ਜੱਸਾ ਹੀ ਜਾਂਦਾ ਪਰ ਰੱਖਣਾ ਸ਼ਾਇਦ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ
ਕਹਿੰਦੇ ਤਕੜੀ ਲਾਲ ਭਾਈ ਰੁਪੇ ਪਿੰਡ ਦਾ ਕਹਿੰਦੇ ਬੱਬੂ ਪਾ ਗਿਆ ਮੇਰੇ ਪੁੱਤਰ ਉਮਰ ਸਮਾਪਤ ਹੋਈ ਤੇ ਸਕੂਲ ਦੱਸੂ ਜਾਣਾ ਵੀ 24 13 ਰਾਣਾ ਉਮਰ ਸਮਾਪਤ ਹੋਇਆ ਹੈ ਤੇਰਾ ਸਕੂਲ ਜਿਹੜੇ ਬਣ ਚੁੱਕਿਆ ਮੇਰੇ ਪੁੱਤਰ ਤੇਰਾ ਸਕੂਲ ਬਣ ਚੁੱਕਿਆ ਮੇਰੇ ਪੁੱਤਰ ਖੇਡ ਦੇ ਮੈਦਾਨ ਦੇ ਵਿੱਚ 24 ਉਹ ਕਾਗਜ਼ ਸੱਦੇ ਪੱਤਰ ਦੇ ਜੀ ਅੰਗਰੇਜ਼ਾਂ ਨੇ ਕਹਿੰਦੇ ਸਭ ਤੋਂ ਅਨਲੱਕੀ ਬਣਿਆ ਤੇ 13 ਨੰਬਰ ਦਾ ਸੈਕਟਰ ਚੰਡੀਗੜ੍ਹ ਦੇ ਵਿੱਚ ਹਜੇ ਤੱਕ ਨਹੀਂ ਬਣਿਆ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਬਾਬੇ ਨਾਨਕ ਨੇ 13 ਢੋਲਿਆ ਵੀ ਬੀਬੀ ਨਾਨਕੀ ਦੇ ਭਾਗੋ ਦੀਆਂ ਪੂਰੀਆਂ ਟਕਰਾ ਕੇ ਅੰਗਰੇਜ਼
ਭੇਜਣ ਨੂੰ ਆਓ ਸਾਹਮਣੇ ਮੈਨੂੰ ਜੀ ਆਪਾਂ ਮੁੰਡਾ ਕਹਿੰਦੇ ਟਰਾਈ ਕਰਦਾ ਸੁਰੇ ਕਣਕ ਵਾਲੀ ਆ ਮੇਰੇ ਮਿੱਤਰੋ ਬੂਟੇ ਨੇ ਟਰਾਈ ਕੀਤੀ ਹੈ ਤਾਂ ਸਿਰੇ ਦੀ ਦਾਲ ਲਾਉਣੀ ਪਾ ਗਿਆ ਖੇਡ ਦੇ ਮੈਦਾਨ ਦੇ ਸਰ ਉਹ ਸਨਾਪਤ ਤੇ ਸਕੋਰ ਦੱਸੂ ਜਾਣਾ ਵੀਰ ਵੀ ਕਿੰਨੇ ਬੜੇ ਹੈ 28 ਰਨ ਬਣ ਚੁੱਕਿਆ ਸੁਰੇ ਟੀਮ ਕਣਕ ਵਾਲ ਦੇ 28 ਰਨ ਬਣੇ ਤੇ 3 ਓਵਰ ਜਿਹੜੇ ਸਮਾਪਤ ਹੋ ਚੁੱਕੇ ਹੈ ਅਗਲੇ ਓਵਰ ਦੀ ਸ਼ੁਰੂਆਤ ਗੁਰਿੰਦਰ ਸਿੰਘ ਪੁਰਾਣ ਆ ਗਿਆ ਮੇਰੇ ਮਿੱਤਰੋ ਦੁਨੀਆ ਕਹਿੰਦੇ ਕਾਪਾ ਕਾਪਾ ਕਹਿੰਦੀ ਹੈ ਉਹਨੂੰ ਖੇਡੀ ਕਰਦਾ ਕਹਿੰਦੇ ਕਾਪਾ ਆ ਗਿਆ ਕੱਲ ਪਾਉਣ ਦੇ ਨੌਜਰ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਉਹਨੂੰ ਖੇਡੀ ਕਰਦਾ ਕਹਿੰਦੇ ਕਾਪਾ ਮੋਟਰਸਾਈਕਲ ਵੀ ਜਿੱਤੇ ਹੈ ਦੁਨੀਆ ਕਹਿੰਦੇ ਚੈਂਪੀਅਨ ਰਾਏ ਨੂੰ ਪਿਛਲੇ ਸਾਲ ਖਾਣੇ ਦੀ ਧਾਰ ਦੇ ਵਿੱਚ ਮੁੰਡਾ ਖੇਡਿਆ ਕਦੇ ਭਾਈ ਤੇਰੇ ਅਗਲਾ ਬੱਲੇਬਾਜ਼ ਆ ਗਿਆ ਕਣਕ ਬਾਲ ਦੀ ਧਰਤੀ ਦਾ ਕਹਿੰਦੇ ਸੰਦੀਪ ਆ ਗਿਆ ਮੇਰੇ ਮਿੱਤਰੋ ਸਾਹਮਣੇ ਬਾਲ ਪਾਉਂਦੇ ਨੌਜਰ ਕਹਿੰਦੇ ਵਾਧਾ ਹੋਇਆ ਸਾਹਮਣੇ ਕਣਕ ਵਾਲੀ ਨੌਜਰ ਹੈ ਸਾਹਮਣੇ ਗਾੜਾ ਹੋਇਆ ਫੁੱਲੋ ਖੇੜੀ ਵਾਲਾ ਕਹਿੰਦੇ ਕਾਪਾ ਐਨ ਟਿਕਾਣੇ ਦੇ ਬਾਲ ਪਾ ਗਿਆ ਤੇ ਵੀਰੇ ਫੁੱਲੋ ਖੇੜੀ ਪਿੰਡ ਦਾ ਕਾਪਾ ਸਿਰੇ ਦੀ ਬਾਲ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪਾ ਚੁੱਕੇ ਦੁਨੀਆ ਕਹਿੰਦੀ ਜਾਂਦੀ ਇਸ ਖਿਡਾਰੀ ਨੂੰ ਪੰਜਾਬ ਦੇ ਪਤੇ ਮੇਲੇ ਖੇਡਦਾ ਹੈ ਬੜੀ ਮੰਗ ਹੁੰਦੀ ਹੈ ਤੇ ਛੋਟੇ ਉਹਦੇ ਉੱਪਰ ਬੜੀਆਂ ਸਾਜਾਂ ਵਾਜੀਆਂ ਖਿਡਾਰੀ ਦੇ ਉੱਪਰ ਸਾਹਮਣੇ ਖੇਡੇ ਹੋਏ ਸ਼ਾਰ ਦੇ ਨਾਲ ਰਨ ਵੇਖੋ ਕਹਿੰਦੇ ਜੇ ਰਨ ਇੱਕ ਫੇਰ ਜੁੜਿਆ ਖੇਡ ਦੇ ਮੈਦਾਨ ਦੇ ਅੰਦਰ ਕਣਕ ਵਾਲ ਦੀ ਟੀਮ ਦੇ ਵਾਸਤੇ ਰਨ ਸਿੰਗਲ ਜੁੜ ਚੁੱਕਿਆ ਮੇਰੇ ਜੀ ਜਲਦੀ ਜਲਦੀ ਥੋੜ੍ਹਾ ਜਿਹਾ ਕੱਟ ਹੈ ਜਲਦੀ ਨੌਜਵਾਨਾਂ ਸਮਾਂ ਬਹੁਤ ਲੱਗ ਰਿਹਾ ਮੈਚ ਦੇ ਵਿੱਚ ਆਹ ਫੁੱਲੂ ਖੇੜੀ ਵਾਲਾ ਬਾਲ ਪਾ ਰਹੇ ਹੈ ਸਾਹਮਣੇ ਕਹਿੰਦੇ ਸ਼ੋਰ ਦੀ ਟਾਈ ਸਿਰ ਦੀ ਬਾਲ ਫੁੱਲੂ ਖੇੜੀ ਵਾਲਾ ਕੱਟ ਪਾ ਗਿਆ ਪਰ ਸਮਾਪਤ ਹੋਇਆ ਹੈ ਤੇ ਸਕੋਰ ਦੱਸੋ ਜੀ ਕਿੰਨੇ ਰਨ ਹੈ 29 ਰਨ ਬਣੇ ਹੈ ਬੜੇ ਜ਼ਿਆਦਾ ਰਨ ਬਾਕੀ ਹੈ ਮੈਚ ਜਿੱਤਣ ਦੇ ਲਈ ਕੋਟ ਭਾਈ ਦੀਆਂ ਟੀਮਾਂ ਸਾਡੀ ਬੇਨਤੀ ਤੁਹਾਡੇ ਟੀਮਾਂ ਨੂੰ ਤਿਆਰੀ ਫੜਨ ਲੱਗ ਰਹੇ ਮੈਚ ਲਈ ਭਾਈ ਰੂਪਾ ਜੇਤੂ ਹੈ ਵੀਰੇ ਜਲਦੀ ਜਲਦੀ ਭਾਈ ਰੂਪੇ ਵਾਲੇ ਜਲਦੀ ਨੌਜਵਾਨ ਸਾਹਮਣੇ ਖੇਡਿਆ ਹੋਇਆ